साडे जुम्मे पाया जाता जी भारत सरकार ने पानी मुल लिया सी। ये सारा गप है, ये झूठ है और एड्डा वड्डा झूठ साडे सियासतदान कई बार सुन लेंदे ने, कई बार माहौल नहीं दसदे। आ जिहड़ा 1960 दा संसार बैंक ने समझौता कराया सी वो मेरे कोल है। पाकिस्तान ने कहा कि जनाब ये तुसी रावी ब्यास का पानी तो दे रहे हो, उधर असी इतों नहरां बनाईआं होईआं ने, हुण सानू उधरों चनाब जेहड़म ते सिंध चों बनाउणीआं पैणीआं ने। एक तो असी अजे तो बना नहीं सकते, 10 साल भी मोहलत दिओ सानू कि पानी इदां ही साडे वल चलदा रहे, क्योंकि रोज़ इट खड़िका पैंदा सी। ਇਹ ਭਾਰਤ ਸਰਕਾਰ ਨੇ ਤਾਂ ਸਿਰਫ ਸਮਝੌਤੇ 'ਤੇ ਦਸਤਖਤ ਕਰੇ ਨੇ, ਉਹ ਤਾਂ ਕਿ ਪੰਜਾਬ ਨਹੀਂ ਦਸਤਖਤ ਕਰ ਸਕਦਾ ਸੀ, ਕਿਉਂਕਿ ਦੇਸ਼ ਤੋਂ ਦੇਸ਼ ਦਾ ਸਮਝੌਤਾ ਸੀ, ਇਹ ਕਾਨੂੰਨ ਹੀ ਹੈ। ਚਾਹੇ ਪੰਜਾਬ ਦੇ ਵਾਸਤੇ ਵੀ ਕੋਈ ਸਾਈਨ ਕਰੇਗਾ ਤਾਂ ਭਾਰਤ ਦੀ ਸਰਕਾਰ ਹੀ ਕਰੇਗੀ। ਇੱਥੇ ਹਰਿਆਣੇ ਦੇ ਇੱਕ ਬੰਦੇ ਨੇ, ਸੀਨੀਅਰ ਬੰਦੇ ਨੇ, ਅੱਜ ਤੋਂ 20 ਸਾਲ ਪਹਿਲਾਂ ਉਦਾਹਰਣ ਦਿੱਤੀ ਵੀ ਜੇ ਹਿਮਾਚਲ ਨੇ ਪਾਣੀ ਰੋਕ ਲਿਆ ਹੁਣ ਵੀ ਰੌਲਾ ਪਾ ਜਾਵੇ, ਉੱਥੋਂ ਸੁਰੰਗਾਂ ਬਣਾ ਲੈਣਗੇ ਜੀ ਉੱਥੋਂ ਪੇ। ਦੁਨੀਆ ਦੇ ਵਿੱਚ ਫੈਸਲਾ ਹੋਇਆ ਹੋਇਆ, ਇੰਟਰਨੈਸ਼ਨਲ ਲੈਵਲ 'ਤੇ ਚੈਲੰਜ ਹੋ ਸਕਦਾ ਹੈ ਕਿ ਉੱਪਰਲਾ ਰਿਪੇਰੀਅਨ ਆ ਜਿਹੜਾ ਉਹ ਪਾਣੀ ਰੋਕ ਕੇ ਥੱਲੇ ਵਾਲਿਆਂ ਨੂੰ ਭੁੱਖਾ ਨਹੀਂ ਮਾਰ ਸਕਦਾ, ਅਤੇ ਹੈ ਨਹੀਂ ਮਾਰ ਸਕਦਾ। ਮੈਂ ਤਾਂ ਕਦੇ ਦੇਖ ਕੇ ਬਚਪਨ 'ਚ ਸਕੂਲ 'ਚ ਨਹੀਂ ਗੱਲ ਕਰੀ ਸੀ, ਅਤੇ ਕਈਆਂ ਨੂੰ ਬੁਰਾ ਵੀ ਲੱਗਦਾ। ਇੱਕ ਕਿਸੇ ਨੇ ਮੈਨੂੰ ਕਹਿ ਦਿੱਤਾ, ਮੈਂ ਤਾਂ ਕਹਿਣਾ ਛੋਟੀ ਜਿਹੀ ਗੱਲ, ਕਹਿੰਦੇ 4 ਬੰਦੇ ਅਰਥੀ ਚੱਕਣ ਵਾਲੇ ਤਾਂ ਰੱਖ ਲਿਆ, ਉਹ ਮੈਂ ਕਿਹਾ ਅਰਥੀ ਚੱਕਣ ਵਾਲੇ ਰੱਖਣ ਵਾਸਤੇ ਅੱਜ ਹੀ ਅਰਥੀ ਕਿਉਂ ਬਣਨਾ। ਜਿਹੜਾ ਉਸ ਵਕਤ 15.45 ਸੀ, ਫਿਰ 17.17 ਬਣਾ ਤਾ 81 'ਚ NAF ਮਿਲੀਅਨ ਏਕੜ ਫੁੱਟ, ਅਤੇ ਉਹ ਕਦੇ 18 ਬਣਾ ਤਾ, ਉਹ ਅੱਜ 13.25 ਰਹਿ ਗਿਆ ਪੜੋਸੀ ਵਿੱਚ ਪਿਛਲੇ 40 ਸਾਲ ਵਿੱਚ। ਜੇ ਸਾਡਾ ਪਾਣੀ ਹੀ 4 ਮਿਲੀਅਨ ਏਕੜ ਫੁੱਟ ਘੱਟ ਗਿਆ ਤਾਂ ਦੇਣਾ ਕੀ ਹੈ। ਜਿੰਨੇ ਫੈਸਲੇ ਭਾਰਤ 'ਚ ਹੋਏ ਨੇ ਦਰਿਆਵਾਂ ਦੇ, ਕ੍ਰਿਸ਼ਨਾ ਦੇ, ਮਹਾਨਦੀ ਦੇ, ਕਵੇਰੀ ਦੇ, ਨਰਮਦਾ ਦੇ, ਉਹਦੇ 'ਚ ਲਿਖਿਆ ਹੈ ਵੀ 25 ਸਾਲ ਬਾਅਦ ਇਹਨੂੰ ਰਿਵਾਈਜ਼ ਕਰਨਾ। ਜੇ 25 ਸਾਲ ਬਾਅਦ ਰਿਵਾਈਜ਼ ਕਰਨਾ ਹੈ, ਕੀ ਵਜ਼ੀਰ ਡਾਊਨ ਵਾਲਾ ਕਾਰਡ ਜਿਹੜੀ ਲਾਗੂ ਹੀ ਨਹੀਂ ਹੋਈ ਭਾਈ, ਉਹਨੂੰ ਤਾਂ 40 ਸਾਲ ਹੋ ਗਏ। ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ, ਐਕਸ ਮਿਨਿਸਟਰ, ਪ੍ਰਧਾਨ, ਬੜੇ ਬੜੇ ਮੁਅੱਜ਼ਜ਼, ਮੌਜੂਦਾ MP ਸਾਹਿਬਾਨ ਇਸ ਸਭਾ 'ਚ ਹਾਜ਼ਰ ਨੇ, ਅਤੇ ਇਸ ਸਭਾ ਦੇ ਸਾਹਮਣੇ ਮੇਰੇ ਵਰਗੇ ਬੰਦੇ ਦੀ ਗੱਲ ਕਰਨੀ ਮੈਨੂੰ ਲੱਗਦਾ ਬਹੁਤ ਛੋਟੀ ਗੱਲ ਹੈ। ਪਰ ਮੈਂ ਇੱਕ ਗੱਲ ਦੇ ਉੱਤੇ ਸਰ ਪ੍ਰਗਟ ਸਿੰਘ ਜੀ ਨੂੰ, ਇਹ NGO ਨੂੰ ਇਹ ਜ਼ਰੂਰ ਵਧਾਈ ਦਿਆਂਗਾ ਵੀ ਸਾਡੀ ਵਿਧਾਨ ਸਭਾ ਤਾਂ ਕਰ ਨਹੀਂ ਸਕਦੀ, ਸਾਰੇ ਬੈਠੇ ਨੇ, ਸਾਰੇ ਵਿਧਾਨ ਸਭਾ 'ਚ ਰਹੇ ਨੇ, ਵੀ ਐਂ ਇਕੱਠੇ ਹੋ ਕੇ ਯਾਰ ਗੱਲ ਕਰ ਲਓ। ਉਹ ਟਰਮੀਨੇਸ਼ਨ ਆਫ ਵਾਟਰ ਐਕਟ ਵੇਲੇ ਤਾਂ ਕਰਿਆ ਸੀ, ਕਿਸਾਨ ਅੰਦੋਲਨ ਵੇਲੇ ਵੀ ਕਰਿਆ ਸੀ। ਜੇ ਕਿਤੇ ਇਸ ਤਰ੍ਹਾਂ ਇਕੱਠੇ ਹੋ ਕੇ ਸਾਡੇ MLA ਵੀ ਇਹ ਫੈਸਲਾ ਕਰਦਾ ਕਰਨ ਵੀ ਯਾਰ ਆਪਾਂ 5 ਦਿਨ 4 ਦਿਨ ਨਾ ਸੈਸ਼ਨ ਦੇ ਪੰਜਾਬ ਦੀਆਂ ਮੁੱਦਿਆਂ 'ਤੇ ਲਾਉਣੇ ਨੇ, ਮਿਹਨੇ ਨਹੀਂ ਦੇਣੇ ਇੱਕ ਦੂਜੇ ਨੂੰ, ਆਪਦੀ ਆਪਦੀ ਗੱਲ ਕਹਿਣੀ ਹੈ, ਤਾਂ ਮੈਨੂੰ ਲੱਗਦਾ ਵੀ ਪੰਜਾਬ ਕਰ ਦਿਓ। ਹੁਣ ਜਿਹੜੀਆਂ ਗੱਲਾਂ ਹੋ ਗਈਆਂ ਕਿ 15 ਜਨਵਰੀ 2002 ਨੂੰ ਫੈਸਲਾ ਹੋ ਗਿਆ, 13 ਜਨਵਰੀ 2003 ਨੂੰ ਉਹਨੂੰ ਚੁਣੌਤੀ ਦੇ ਦਿੱਤੀ ਗਈ, 2004 'ਚ ਉਹ ਰੱਦ ਵੀ ਹੋ ਗਿਆ, ਨਹਿਰ ਬਣਾਉਣ ਦਾ ਪਹਿਲਾਂ 2002 'ਚ ਹੁਕਮ ਹੋ ਗਿਆ ਵੀ ਬਣਾਓ, ਫਿਰ 2004 'ਚ ਕਹਿਤਾ ਕਿ ਹੁਣ ਕੇਂਦਰ ਸਰਕਾਰ ਬਣਾਵੇ, ਉਹਨਾਂ ਨੇ ਕਹਿਤਾ CPW। ਉਸ 'ਚ ਮੈਂ ਡਿਟੇਲ 'ਚ ਨਹੀਂ ਜਾਵਾਂਗਾ। ਸਾਡੀ ਵੱਡੀ ਗੱਲ ਕਿੱਥੇ ਖੜੀ ਹੈ? 1980 ਤੱਕ ਅਸੀਂ ਬਹੁਤ ਗੱਲਾਂ ਕਰਦੇ ਹਾਂ, 1980 ਤੱਕ ਸਰਕਾਰਾਂ ਹਮੇਸ਼ਾ ਗਲਤੀਆਂ ਵੀ ਕਰਦੀਆਂ, ਜਿਹੜਾ ਕੰਮ ਕਰੇਗਾ ਉਹ ਗਲਤੀ ਵੀ ਕਰੇਗਾ ਠੀਕ ਵੀ ਕਰੇਗਾ। 1980 ਤੱਕ ਪੰਜਾਬ ਨੇ ਆਪਦਾ ਪੁਆਇੰਟ ਡੱਟ ਕੇ ਲੜਿਆ। ਕੋਈ ਕਹੂ ਜੀ ਉਹ ਫਲਾਣੇ ਪੈਸੇ ਲੈ ਲਏ ਜੀ, ਫਲਾਣੀ ਗੱਲ ਕਿਆ ਹੋ ਗਿਆ ਜੀ, ਮੈਂ ਸਾਰਾ, ਮੇਰੇ ਕੋਲ ਕਿਤਾਬ ਹੈ ਸਤਪਾਲ ਸਿੰਘ ਢਿੱਲੋਂ ਦੀ ਲਿਖੀ ਹੋਈ, ਉਹ ਕੇਸ ਪ੍ਰੈਜੈਂਟ ਕਰਦੇ ਰਹੇ ਨੇ। ਮੈਂ ਇਹ ਕਿਤਾਬ ਦੇ ਲਿਖਣ ਵੇਲੇ ਉਹਨਾਂ ਦੇ ਨਾਲ ਸੀਗਾ, ਮੈਂ ਸਾਰੀ ਗੱਲ ਉਹਨਾਂ ਦੀ ਸੁਣਦਾ ਰਿਹਾ, ਕਰਦਾ ਰਿਹਾ, ਅਤੇ ਉਸ ਤੋਂ ਬਾਅਦ ਅਸੀਂ ਮਾਰ ਖਾ ਗਏ। ਹਾਲਾਂਕਿ ਸਾਡੀ ਸੁਣੀ ਪਹਿਲਾਂ ਵੀ ਨਹੀਂ ਗਈ, ਪਰ ਅਸੀਂ ਲੜਨਾ ਨਹੀਂ ਛੱਡਿਆ, ਇੱਕ ਤਾਂ ਇਹ ਗੱਲ ਹੈ। ਸੋ ਇਸ ਕਰਕੇ ਇਸ ਹਮਾਮ 'ਚ ਸਾਰੇ ਇੱਕੋ ਜਿਹੇ ਨੇ, ਇੱਕ ਦੂਜੇ ਨੂੰ ਮਿਹਨੇ ਦੇਣ ਦਾ ਕੋਈ ਫਾਇਦਾ ਨਹੀਂ ਹੈ। ਅੱਜ ਤੱਕ ਪਿਛਲੇ 40 ਸਾਲ 'ਚ, 43 ਸਾਲ 'ਚ ਅਸੀਂ ਪਾਣੀ 'ਤੇ ਆਪਦਾ ਪਹਿਲਾਂ ਹੱਕ ਨਹੀਂ ਜਿਤਾਇਆ। ਜੇ ਸਾਡਾ ਹੱਕ ਹੀ ਨਹੀਂ ਹੈ, ਸਾਡੇ ਕੋਲ ਹੈ ਨਹੀਂ ਜੀ ਪਾਣੀ। ਜੇ 2 ਭਰਾ ਅੱਡ ਹੁੰਦੇ ਨੇ, ਇੱਕ ਕਹਿੰਦਾ ਇਹ ਤਾਂ 4 ਜਵਾਕ ਨੇ ਜੀ, ਇਹ ਸਾਰੀ ਕਣਕ ਇਹ ਰੱਖ ਲਏ, ਤੂੰ ਤਾਂ ਛੜਾ ਛੜਾ ਕੇ, ਤੈਨੂੰ ਕੁਛ ਦੇਣਾ ਨਹੀਂ, ਇਹ ਕਿਵੇਂ ਹੋ ਸਕਦਾ? ਪਹਿਲਾਂ ਉਹ ਦੱਸੇ ਵੀ ਇਹ ਭਾਈ ਇਹ ਤਾਂ ਘਰ ਹੀ ਮੈਨੂੰ ਬਾਪ ਨੇ, ਇਹ ਜੱਦੀ ਘਰ ਤਾਂ ਹੈ ਹੀ ਨਹੀਂ, ਬਾਪ ਨੇ ਖਰੀਦ ਕੇ ਮੈਨੂੰ ਦਿੱਤਾ, ਮੇਰਾ ਘਰ ਹੈ, ਜਾਂ ਜੇ ਜੱਦੀ ਹੈ ਤੂੰ ਮੁਤਵੰਨਾ ਬਣਾਇਆ ਹੋਇਆ। ਪਹਿਲਾਂ ਇਹ ਦੱਸਣ ਦੀ ਲੋੜ ਆ ਵੀ ਇਹ ਮੇਰਾ,
फिर देना है, नहीं देना मुल देना अगला सवाल है। सो असी 80 तो बाद यह हक छड़ता भी पानी साडा, एक तो यह गल ध्यान रखने की लोड़ है। दूजी ये साडे जुम्मे पाया जाता जी भारत सरकार ने पानी मुल लिया सी, ये सारा गप है, ये झूठ है। और एड्डा वड्डा झूठ साडे सियासतदान कई बार सुन लेंदे ने, कई बार माहौल नहीं दसते। आ जिहड़ा 1960 का संसार बैंक ने समझौता कराया सी वो मेरे कोल है, ये पानी कोई मुल नहीं लिया, कोई सीनियर चार्ज नहीं दिते। उन्होंने सीनियर चार्ज कहते हैं, सीनियर चार्ज तीन गल्लां होंदियां ने, एक नहरां बनाउण दा खर्चा, एक नहरां नूं चालू रखण दा खर्चा, एक पानी दा खर्चा। इत्थे सीनियर चार्ज नहीं लै गए। पाकिस्तान ने कहा कि जनाब ये तुसीं रावी ब्यास दा पानी तो दे रहे हो उधर, असीं इत्थों नहरां बनाईआं होईआं ने, हुण सानूं उधरों चनाब जिहड़न ते सिंध चों बनाउणियां पैणियां ने, एक तां असीं अजे तां बना नहीं सकदे, 10 साल की मोहलत दिओ सानूं कि पानी इदां ही साडे वल चलदा रहे, क्योंकि रोज इट खड़का पैंदा सी। दूजा उन्होंने कहा कि सानूं नहरां बनाउण वास्ते पैसे दिओ, साडे कोल तां पैसे नहीं हैगे। सो उहदे पैसे दित्ते गए ने, उहदा बाकायदा फैसला होया है कि पैसे किन्ने किन्ने समें ते दित्ते जाणगे, विच ही लिखिआ होया और इस किताब 'च भी लिखिआ होया, कद कद दित्ते जाणगे, जे ना दित्ते गए तां किन्ना ब्याज दित्ता जाऊगा, यह सारा फैसला हैगा। सो इस करके पानी मुल नहीं लिया गया, पानी कुदरती तौर पर दरियावां दा साडा है। ये भारत सरकार ने तो सिर्फ समझौते से दस्तखत करे ने, वह कि पंजाब नहीं दस्तखत कर सकता सी, क्योंकि देश तो देश का समझौता सी, ये कानून ही है। चाहे पंजाब के वास्ते भी कोई साइन करेगा तो भारतीय सरकार ही करेगी। सो इस करके कहना कि पंजाब के वास्ते पानी नहीं मुल लिया भारत ने, इसे गलत है, ये पानी कुदरती तौर पर साडा है। एक तीजी गल, तीजी गल, बहुत सारे विद्वान कहते हैं भी जो कोई रुपेरियन बात है ही नहीं, सारी दुनिया के जिन्ने अज तक फैसले हुए ने पिछले 150 साल के, बल्कि 200 साल के, वह दो सूबा से हुए ने। एक कहते हैं भी दरियावान के कंढे जोड़ा वसदा पानी का वह हक है, फिर हौली हौली वो एक आया कि यार जोड़ा पानी दूजे का उत्थे रुड़ के आता है बारिश का, उन्होंने भी तो कोई हक है। सो उन्हों कहा गया बेसन स्टेट, जिन्हों आप कहना जल बहा खेत्र, जिहड़ा जल संग्रहण खेत्र है वो दूजा आया कि जिन्ना उन्हों का भी कोई हक है। हुण जिहड़ा रावी है ये ना राजस्थान रावी ते ब्यास च ना तो यह रिपेरियन ने दे, ना ये जल संग्रहण खेत्र है इन्हों का। सो इस करके इस पानी उत्ते सिर्फ साडा हक है। इस पानी बारे एक गल होर कही जा रही है कि जी जे हिमाचल ने कर लिया, ऐ कर लिया, आ पिछे हरियाणे के एक बंदे ने सीनियर बंदे ने अच्छा 20 साल पहला उदाहरण दिती भी जे हिमाचल ने पानी रोक लिया हूँ भी रौला पा जाए उतो सुरंगा बना लेंगे जी उतो पे। दुनिया के फैसला होया होया इंटरनेशनल लैवल पर चैलेंज हो सकता है कि उपरला रिपेरियन है जोड़ा वो पानी रोक के थले वाले भुखा नहीं मार सकता, तो है नहीं मार सकता, उन्होंने कोई अधिकार नहीं है। अमरीका ने एक दरियात कर मैक्सीको के नाल, रियो ग्रैंडे उन्हों का दरिया से, उन्होंने ऊँ तो आपकी जिद रखी भी नहीं नहीं असं रोक सकते हैं, पर क्या चलो कोई नहीं, असं भले मानसी करके पानी दे भी दिने, जिमें पाऊँ आपकी जिद जी रखी है भी नहीं नहीं मैं नहीं मानता, चल तुम चार बंदे कहो मैं मान लैंना। सो उत्थे भी उस तरह स्टैंड नहीं अमरीका लै सकिया भी जोड़ा अपर रिपेरियन है, जोड़ा उपरला रिपेरियन है वह पानी रोक सकता है, वह सारे पानी वरत सकता है, बिल्कुल नहीं हक। सो इस करके तीजी गल, असी पानी की गल करते हैं, सानू जे असी बाबे नानक की गल याद रखांगे, पानी बाबे नानक ने कहा है दुध बिन तेन पंख बिन पंखी जल बिन उत्पुज काम नहीं, दुध तो बिना गां पंखा तो बिना पंछी ते पानी तो बिना बनस्पति किसी काम की नहीं होंगी। साडा दुध भी पानी नाल चलता है ते साडी बनस्पति भी पानी नाल चलती है, साडा अर्थता भी बनस्पति ते चलता है, असीं तां खेती ते आधारित हां। सो साडे वास्ते पानी जीवन है, और बाबे नानक ने कहा, मैं थोड़ा कह रहा, बाबे नानक ने कहा जल बिन साख कुमलावती उपजे नाहीं दाम, पानी तो बिना फसल मुरझा लैनी है पैसे कितों आने ने, उपजे नहीं दाम। सो सानू यह मनना चाहिए है कि साडा तो विरसा ही दसदा भी पानी साडा है, पानी की सानू लोड़ है, पानी तो बिना असीं रह नहीं सकते, पानी साडा जीवन है, साडी जीवन रेखा है, इहदे उत्ते लड़ाई करन दी लोड़ है। इहदे विच असीं की करदे हां, इहदे विच असीं बहुत सारिया गल्लां आप देखने की बजाय, आ हुण भी मेरे को इन्होंने सरकार ने भी लिखा हुआ
एडा वड्डा लिखिया है, बहुत सारे इंजीनियर ने लिखिया है। तुसीं मन्नोगे मेरे जो बहुत ज़्यादा गलतियां ने, किसी ने कुछ लिखता, किसी ने कुछ लिखता, किसी ने सिंध दरिया विच पाया ही नहीं, किसी ने कहता नहर 214 किलोमीटर है, किसी ने कहा 211 किलोमीटर है, किसी ने कहा 212 किलोमीटर है, कोई कहता हरियाणा का टोटा 90 किलोमीटर है, दूजा कहता 92 किलोमीटर है, इधर कोई कहता 100 जिहड़ा हैगा अपना 22 किलोमीटर है, कोई कहता 121 किलोमीटर है। जिन्ना इंजीनियर यही नहीं पता भी किन्ने किलोमीटर है, ये उत्थे जाके की करनगे? इन्होंने राय देनी ना सारी सरकार, इस सरकार ने सर्कुलेट करी है, आ हुण ताजी करी हुई है। सो जे सारे साडे माहर, असीं कहने भी माहर जी ठीक है, माहर जी गल सुननी हुंदी है, जिहड़ा माहर ध्यान नाल आपदा काम नहीं करदा, डॉक्टर साहब सामने बैठे ने, सामने बैठे ने, इन्हां नूं पता भी माहर नूं जे माहर गलती कर जे उस सदियाँ, हालांकि सियासती गलती भी सदियाँ भुगतदियाँ, मारा की गलती भी सदियाँ भुगतदियाँ, यही जी गल नहीं है भी मारा की गलती होनी। मारा अज साडे माहर डिग्रियां वाले ने, साडे माहर गहन अध्ययन करके सचमुची तत्थ देख दसण वाले नहीं। मैं ये तां कहना, मैं सरकारां सारियां च रहा, तो मैं सीधा मुख्यमंत्री नाल मेरा राबता हुंदा सी, मैडिकल एजुकेशन बारे जिहड़ी भी कदे मैं राय दित्ती है, मेरी राय कभी भी किसी ने ना नहीं करी, मुख्यमंत्री तक गई है, ब्यूरोक्रेसी ने जोर ला लिया भी तो पट्टे जावे, ये तो मारे जावे, मुख्यमंत्री कहते नहीं मेडिकल कॉलेज मारने नहीं है, थोड़ा लिखना तो आता होना, तुम माहर हो, हूँ मुख्यमंत्री ने थोड़ा सारा कुछ करना है, मंत्री ने थोड़ा सारा कुछ करना है, तुम्हें लिख के लिखना आता हो गल आ है, तत्थ आह ने, जे आ करा ऐजू जा करा ऐजू, ये पास होंगे। प्राइवेट कॉलेजों की फीस मैं एक लाइन से तां दसदा, 13,000 सरकारी सीट की मैं करवाई, वे सरकारी के बराबर होनी चाहिए जी, नहीं आपके कॉलेज बंद कर रहे, हालांकि एस जी पी सी का कॉलेज भी सी, बादल साहब मुख्यमंत्री थे, वो कह सकते भी नहीं अभी भी बंद, वो मनी गई है कैबिनेट पास हो। सो इस करके मेरी बेनती इन्नी है भी ये पानिया के मामले के उत्ते भी साढ़े महारा ने जिथे जिथे कोई गल उदू बाद करी है, वो टिक्के देख देख के करी है, ये मैनू तो कहें देख के ना करो, मैं तो वैसे ही अलख हाँ, मैं तो कदम देख के बचपन स्कूल नहीं गल करी थी, तो कई बुरा भी लगता, एक किसी ने मैंने कहता, मैं तो कहना छोटी जी गल, कहते चार बंदे अर्थी चुकन वाले तो रख लिया, और मैं क्या अर्थी चुकन वाले रखने वास्ते अज ही अर्थी क्यों बनना है? सो इस करके अपन गल स्पष्ट होनी चाहिए है, साढ़े पंजाब के हितों की गल है, और मैं पंजाब के हितों की गल हरियाणा के हित कोई खो के नहीं कर रहा, ये बिल्कुल नहीं मैं कह रहा, मैं कहना साडा हक है, असं अपने छोटे भरा देखांगे पानी देना है, मुल देना है, की करना है, जब साड़ी लोड़ पूरी होजू, असी दरिया दे रह गए, अच्छे तो भोजन भी असं तो लंगर संगत के बंद करते हैं, पर पहले साड़ी लोड़ तो पूरी कर देना, ये तो वह गल हो गई, कहना आपके नाल मैनू दे दे तू मटकाउंदी फिर। सो ये गल नहीं पुगनी। सो इस दे उत्ते सानू देखण दी की लोड़ है, एक तो जिन्ने समझौते दुनिया होंगे ने, जिन्ने इत्थे होए ने, इहदे च असीं कहना दरियावां च पानी किन्ना आउंदा है, पिछले 30 साल च किन्ना आया, 1921 तो 1945 की जिहड़ा पानी वगदा सी उहदे आधार दे उत्ते 1956 का फैसला होया, दूजा फिर 1921 तो 1945 तक ही जिन्ना पानी वगदा सी उहदे आधार ते 1976 वाला होया, 1981 च उदों अगला 61 तक का हो गया, फिर हुण जब असीं कैलकुलेट करते हाँ जिहड़ा उस वक्त 15.45 सी, फिर 17.17 बना तक 81 च MAF मिलियन एकड़ फुट, तो वो कदे 18 बनाता, वो अज 13.25 रह गया पड़ोसी दी च पिछले 40 साल दी च, जे साडा पानी ही 4 मिलियन एकड़ फुट घट गया तो देना की है? सो इस करके एक तो फ्लो सीरीज जिहड़े वेले वो फैसला होया सी लागू तो होया नहीं, इस करके साडा वड्डा पॉइंट है कि जो फैसला ही नहीं लागू होया उहदी तंद पिटी जानी, उहदे च सुप्रीम कोर्ट फैसले करी जावे जिहड़ा लागू ही नहीं होया। वो कहने भी कणक खेत कुड़ी तेट आ जोइया मंडे खा की गल है। सो इस तो सानू एक साडे सामने पॉइंट है, मैं जिन्हें केस कोर्ट अंदर लिया मैं कोई वकील नहीं हाँ, मैं हमेशा इन्होंने गलों से जित के आया, क्योंकि एक लॉजिक होंगे थोड़ा नेचुरल लॉ, नेचुरल लॉ के ही इन्हें। दूजी गल, जिन्हें फैसले भारत च होए ने दरियावान के, कृष्णा के, महानदी के, कवेरी के, नर्मदा के, वो लिखे है भी 25 साल बाद रिवाइज़ करना, जो 25 साल बाद रिवाइज करना है कि राजीव डोंगो वाला कार्ड जी लागू ही नहीं हुई भाई, उन्होंने तो 40 साल हो गए, 25 साल बाद तो फैसला वैसे ही रिवाइज करना है। सो इस करके वो फैसला तो हम कोई मतलब ही नहीं रहा,
ਰੱਦੀ ਟ੍ਰਿਬਿਊਨਲ ਦੇ ਕੋਈ ਮਤਲਬ ਨਹੀਂ ਰਿਹਾ। ਸਾਰੀਆਂ ਟ੍ਰਿਬਿਊਨਲ ਮੈਂ ਤੁਹਾਨੂੰ ਰਿਕਾਰਡ ਲੈ ਲਓ ਜਿਹਨੇ ਲੈਣਾ ਹੋਊਗਾ। ਹਰੇਕ ਦੇ ਵਿੱਚ ਇਹ ਹੈ ਕਿ 25 ਹੱਦ ਤੋਂ ਵੱਧ, ਇੱਕ ਦਾ 30 ਸਾਲ ਹੈ ਕਿ 30 ਸਾਲ ਬਾਅਦ ਦੁਬਾਰਾ ਨਰਮਦਾ 1 ਨਰਮਦਾ 2। ਸੋ ਇਸ ਕਰਕੇ ਇਹ ਰਿਵਾਈਜ਼ ਹੋਣਾ ਹੀ ਹੋਣਾ। ਤੀਜੀ ਗੱਲ ਇਹ ਹੈ ਵੀ ਅਸੀਂ ਦੁਨੀਆ 'ਚ ਕੋਈ ਔਲੋਕਾਰ ਗੱਲ ਨਹੀਂ ਕਰ ਰਹੇ, ਅਸੀਂ ਇਹ ਕਰਦੇ ਨਹੀਂ। ਅਸੀਂ ਕਹਿੰਦੇ ਹਾਂ ਕਿ ਦੇਖੋ ਜੀ ਇਹ ਭਾਰਤ ਸਰਕਾਰ ਹੈ, ਠੀਕ ਹੈ ਸੰਵਿਧਾਨ ਦੀ 262 ਧਾਰਾ, ਮੈਂ ਉਸ 'ਚ ਜਾਵਾਂਗਾ ਨਹੀਂ ਕਿਉਂਕਿ ਟਾਈਮ ਦਾ ਸਵਾਲ ਹੈ। ਅਸੀਂ ਕਹਿੰਦੇ ਹਾਂ ਕਿ ਤੁਸੀਂ ਪੂਰੇ ਭਾਰਤ ਵਿੱਚ, ਪਹਿਲਾਂ ਤੁਸੀਂ ਦੇਖ ਲਓ ਦੁਨੀਆ 'ਚ ਪਾਣੀ ਕਿਵੇਂ ਵੰਡਿਆ ਗਿਆ, ਵੱਡੇ ਵੱਡੇ ਮੁਲਕਾਂ ਦੀਆਂ ਲੜਾਈਆਂ ਰਹੀਆਂ ਨੇ, ਜਾਰਡਨ ਦਾ ਪਾਣੀ ਕਿਵੇਂ ਵੰਡਿਆ ਗਿਆ, ਅਤੇ ਜਿਵੇਂ ਪਾਣੀ ਉਹ ਵੰਡਿਆ ਗਿਆ ਹੈ ਨੀਲ ਦਾ ਕਿਵੇਂ ਵੰਡਿਆ ਗਿਆ, ਸਾਡਾ ਵੀ ਉੱਦਾਂ ਵੰਡ ਲਓ। ਉਹ ਕਹਿੰਦੇ ਨਹੀਂ ਇਹ ਤਾਂ ਅੰਤਰਰਾਸ਼ਟਰੀ ਹੈ। ਅਸੀਂ ਕਹਿੰਦੇ ਚੰਗਾ ਜਿਵੇਂ ਭਾਰਤ ਦਾ ਕਰਿਆ ਉੱਦਾਂ ਕਰ ਦਿਓ, ਤੁਸੀਂ ਜਿਵੇਂ ਬਾਕੀ ਦਰਿਆਵਾਂ ਦਾ ਪਾਣੀ ਵੰਡਿਆ ਸਾਡੇ ਵਾਲਿਆਂ ਦਾ ਉੱਦਾਂ ਹੀ ਕਰ ਦਿਓ ਨਾ। ਜਿਹੜੇ ਆਧਾਰ 'ਤੇ ਕਿਸੇ ਅਸੂਲ 'ਤੇ ਫੈਸਲਾ ਕਰੋਗੇ ਨਾ, ਉਹੀ ਨਹੀਂ ਕਰਨਾ ਲਾਡਾ ਡਾਲਾ। ਸੋ ਅਸੂਲ ਦੇ ਅਨੁਸਾਰ ਸਾਨੂੰ ਜੋ ਕ੍ਰਿਸ਼ਨਾ ਦਾ, ਕਵੇਰੀ ਦਾ, ਮਹਾਨਦੀ ਦਾ ਕਰਿਆ ਉਹ ਸਾਨੂੰ ਕਰ ਦਿਓ। ਜਦ ਅਕਾਲੀਆਂ ਨੇ, ਮਜੀਠੀਆ ਜੀ ਤਾਂ ਪਤਾ ਨਹੀਂ ਉਦੋਂ ਅਕਾਲੀ ਦੇ ਵਿੱਚ ਇੰਨੇ ਜੰਗ ਹੋਣੇ ਨੇ, ਉਦੋਂ ਬਹੁਤ ਛੋਟੇ ਅਤੇ ਅੱਛਾ, ਅਤੇ ਮੈਂ ਉਸ ਮੋਰਚੇ 'ਚ ਗਿਆ ਸੀ, ਕਪੂਰੀ ਮੋਰਚਾ, ਉਹਦਾ ਨਾਂ ਨਹਿਰ ਰੋਕੂ ਮੋਰਚਾ ਸੀ, ਅਸਲ 'ਚ ਧਰਮ ਜੁੱਤਾ ਬਾਅਦ 'ਚ ਬਣਾਇਆ, ਅਤੇ ਮੈਂ ਅਕਾਲੀਆਂ ਵੱਲੋਂ ਗਿਆ ਸੀ, ਇਹਨਾਂ ਨੇ ਸੱਟਾਂ ਸੁੱਟਾਂ ਮਾਰਦੀਆਂ ਨੇ, ਮੈਂ ਇਲਾਜ ਕਰਨ ਗਿਆ ਸੀ। ਉੱਥੇ ਇੱਕ ਕਵੀਸ਼ਰੀ ਗਾਈ ਗਈ ਸੀ ਔਰ ਮੈਨੂੰ ਹੁਣ ਤੱਕ ਪਤਾ, ਅੱਜ ਤੱਕ ਦੇ ਵਿਦਵਾਨ ਨਹੀਂ, ਉਹਨੇ ਸਾਰੇ ਹਿੰਦੁਸਤਾਨ ਦੇ ਬਿਟਵਾ, ਸੋਨ, ਕੇਨ, ਕ੍ਰਿਸ਼ਨਾ, ਕਵੇਰੀ, ਕਹਿੰਦੇ ਇਹਨਾਂ 'ਚੋਂ ਅਸੀਂ ਪਾਣੀ ਨਹੀਂ ਮੰਗਦੇ। ਪਰ ਵਿਰਸਾ ਉਹਦੀ ਟੇਕ ਸੀ, ਵਿਰਸਾ ਹੈ ਪੰਜਾਬ ਦਾ, ਪੰਜ ਦਰਿਆਵਾਂ ਦਾ ਪਾਣੀ, ਅੱਜ ਧੂਹ ਪਾਉਂਦੀ ਸੀ ਉਹ ਕ੍ਰਿਸ਼ਨੀ ਵੀ ਹਾਂ ਇਹ ਤਾਂ ਸਾਡਾ ਵਿਰਸਾ, ਵਿਰਸਾ ਹੈ ਪੰਜਾਬ ਦਾ ਪੰਜ। ਸੋ ਅਸੀਂ ਇਸ ਗੱਲ ਦੇ ਉੱਤੇ ਕਿ ਫਲੋਸਫੀ ਬਦਲ ਚੁੱਕੀ ਹੈ, ਉਸ ਵਕਤ ਹੀ ਬਨਸਪਤੀ ਦਾ ਹਿਸਾਬ ਲਾਇਆ ਗਿਆ ਸੀ, ਉਹ ਬਨਸਪਤੀ ਬਦਲ ਗਈ, ਹੁਣ ਤਾਂ ਹੋਰ ਬਨਸਪਤੀ ਹੈ, ਹੁਣ ਤਾਂ ਸਾਡੇ ਕਣਕ ਝੋਨਾ ਚੱਲ ਰਿਹਾ। ਧਰਤੀ ਹੇਠਲੇ ਪਾਣੀ ਦਾ ਉਦੋਂ ਹਿਸਾਬ ਲਾਇਆ ਗਿਆ ਸੀ, ਉਦੋਂ ਜਦ ਤੁਸੀਂ ਫੈਸਲਾ ਕਰਿਆ ਸੀ 2 ਲੱਖ ਟਿਊਬਵੈੱਲ ਸੀ, ਅੱਜ ਸਾਡੇ 15.5 ਲੱਖ ਹੈ। ਵੈਸੇ ਇਹਦੇ 'ਚ ਤਾਂ ਕਿਸੇ ਨੇ 10 ਲੱਖ ਹੀ ਲਿਖ ਰੱਖਿਆ, ਇਹਨਾਂ ਨੇ ਉਹ ਵੀ ਮਨਜ਼ੂਰ ਕਰ ਲਿਆ, ਅਤੇ 15.5 ਲੱਖ ਟਿਊਬਵੈੱਲ ਹੈ। ਸੋ ਸਾਨੂੰ ਸੋਚਣਾ ਪਏਗਾ ਵੀ ਧਰਤੀ ਹੇਠਲਾ ਪਾਣੀ ਤਾਂ ਸਾਡਾ ਜਮੀਂ ਥੱਲੇ ਚਲਾ ਗਿਆ, ਬਨਸਪਤੀ ਬਦਲ ਗਈ, ਧਰਤੀ ਹੇਠਲਾ ਪਾਣੀ ਬਦਲ ਗਿਆ, ਫਲੋ ਪਾਣੀ ਦਾ ਬਹਾਅ ਦਰਿਆਵਾਂ ਦੇ ਵਿੱਚ ਜਿੰਨਾ ਪਾਣੀ ਆਉਂਦਾ ਉਹ ਬਦਲ ਗਿਆ, ਅੱਗੇ ਵਰਖਾ ਬਦਲ ਗਈ। ਪੰਜਾਬ ਦੇ ਵਿੱਚ 700 ਮਿਲੀਮੀਟਰ ਵਰਖਾ ਹੁੰਦੀ ਸੀ, ਜਿਹੜੀ 450 ਮਿਲੀਮੀਟਰ ਰਹਿ ਗਈ। ਸੋ ਜੇ ਵਰਖਾ ਬਦਲ ਗਈ, ਦਰਿਆਵਾਂ ਦਾ ਪਾਣੀ ਦਾ ਬਹਾਅ ਬਦਲ ਗਿਆ, ਧਰਤੀ ਹੇਠਲਾ ਪਾਣੀ ਬਦਲ ਗਿਆ, ਬਨਸਪਤੀ ਬਦਲ ਗਈ, ਫੜੋਸੀ ਦੇ ਆਧਾਰ 'ਤੇ ਜਾਂ ਕੋਈ ਵੀ ਸਮਝੌਤਾ, ਭਾਰਤ ਦਾ ਕਾਨੂੰਨ ਕਹਿੰਦਾ ਥਾਂ ਥਾਂ 'ਤੇ ਹੋਇਆ ਕਿ 25 ਸਾਲ ਬਾਅਦ ਦੁਬਾਰਾ ਰਿਵਾਈਜ਼ ਕਰਨਾ ਹੈ, ਤੁਸੀਂ ਪੁਰਾਣੀ ਰੱਟ ਕਿਵੇਂ ਲਗਾ ਰੱਖੀ ਹੈ? ਇਹ ਵੱਡਾ ਸਵਾਲ ਹੈ, ਇਹ ਸਵਾਲ ਕਰ ਲਓ ਵੀ ਤੁਸੀਂ ਦੇ ਦਿਓ ਜਵਾਬ ਸਾਨੂੰ, ਫਿਰ ਜੇ ਰੌਲਾ ਪਾਉਂਗੇ ਫਿਰ ਅਸੀਂ ਵੀ ਰੌਲਾ ਪਾਵਾਂਗੇ। ਅਸਲ 'ਚ ਕਈ ਹੁਣ ਗੱਲ ਜੀ ਸੁਪਰੀਮ ਕੋਰਟ ਕਹਿੰਦੀ ਹੈ, ਠੀਕ ਹੈ ਸੁਪਰੀਮ ਕੋਰਟ ਕਹੇਗੀ, ਮਾਨਯੋਗ ਸੁਪਰੀਮ ਕੋਰਟ ਨੂੰ ਅਸੀਂ ਪਿੱਛੇ ਵੀ ਨਹੀਂ ਛੱਡ ਸਕਦੇ, ਪਰ ਸੁਪਰੀਮ ਕੋਰਟ ਵੀ ਪ੍ਰਭਾਵਿਤ ਹੁੰਦੀ ਹੈ। ਕਿਸਾਨ ਅੰਦੋਲਨ 'ਚ ਉਹਨਾਂ ਕਹਿਤਾ ਅਸੀਂ ਖੂਨ ਨਾਲ ਰੰਗ ਦੇਂਗੇ ਹੱਥ। ਸੋ ਸਾਨੂੰ ਸੂਬਿਆਂ ਦੇ ਵੱਧ ਅਧਿਕਾਰਾਂ ਵਾਸਤੇ ਲੜਨਾ ਪੈਣਾ, ਪਾਣੀ ਉਹਦੇ ਵਿੱਚ ਹੈ। ਅਸੀਂ ਕਹਿੰਦੇ ਜਿਵੇਂ ਤੁਸੀਂ ਰੀਆਰਗਨਾਈਜੇਸ਼ਨ ਐਕਟ ਦੀ ਗੱਲ ਹੋਈ ਹੈ, 78 ਦੀ ਗੱਲ ਹੋਈ ਹੈ, 79 ਜੋ 1 ਦਾ 78 ਨਹੀਂ, 78 ਕੱਟ ਵੀ ਦਿਓਗੇ ਅਸੀਂ ਫਿਰ ਇੰਡੀਪੈਂਡੈਂਟ ਹੈ, ਉਹਦੇ ਨਾਲ ਜੁੜਿਆ ਵੀ ਹੋਇਆ ਇੰਡੀਪੈਂਡੈਂਟ ਵੀ ਆ। ਸਾਨੂੰ ਇਹ ਕਹਿਣਾ ਹੈ ਕਿ ਜੀ ਤੁਸੀਂ ਰੀਆਰਗਨਾਈਜ ਕਰੀਏ ਨਾ, ਤੇਲੰਗਾਨਾ ਬਣਿਆ, ਛੱਤੀਸਗੜ੍ਹ ਬਣਿਆ, ਝਾਰਖੰਡ ਬਣਿਆ, ਪਹਿਲਾਂ ਮਦਰਾਸ ਟੁੱਟਿਆ, ਕੇਰਲਾ ਬਣਿਆ, ਗੁਜਰਾਤ ਬਣਿਆ, ਤੁਸੀਂ ਬਣੇ ਨੇ ਨਾ ਇਹ, ਜੋ ਉਹਨਾਂ ਦਾ ਪੁਨਰਗਠਨ ਕਾਨੂੰਨ ਹੈ ਉਹਦੇ ਮੁਤਾਬਕ ਸਾਡਾ ਬਣਾ ਦਿਓ, ਸਾਡੇ ਨੇ ਧੱਕਾ ਕਿਉਂ ਕਰਿਆ? ਇਹ ਦੱਸੋ, ਇਹਦਾ ਜਵਾਬ ਦਿਓ। ਉਹ ਇੰਦਰਾ ਗਾਂਧੀ ਨੇ ਕਰਿਆ, ਉਹ ਜਵਾਹਰ ਲਾਲ ਨਹਿਰੂ ਨੇ ਕਰਿਆ, ਉਹ ਮੋਦੀ ਸਾਹਿਬ ਨੇ ਕਰਿਆ, ਸਵਾਲ ਹੀ ਨਹੀਂ ਹੈ। ਸਾਨੂੰ ਕੇਂਦਰ ਸਰਕਾਰ ਇਹ ਸਵਾਲ ਦਾ ਜਵਾਬ ਦੇਵੇ ਕਿ ਪੂਰੇ ਮੁਲਕ ਦੇ ਸੂਬੇ ਪੁਨਰਗਠਨ ਹੋਏ ਨੇ, ਉਹਨਾਂ ਦੇ ਕਾਨੂੰਨ ਦੇ ਮੁਕਾਬਲੇ ਸਾਡੇ ਨਾਲ ਵਿਤਕਰੇ ਵਾਲਾ ਕਾਨੂੰਨ ਕਿਉਂ ਬਣਾਇਆ ਗਿਆ? ਉਹ 78 ਉਹਦੇ ਵਿੱਚ ਆਉਂਦੀ ਹੈ। ਸੋ ਇਸ ਕਰਕੇ ਇਹ ਦੂਜਾ ਜਿਹੜਾ ਸਵਾਲ ਹੈ, ਮੂਲ ਸਵਾਲ ਖੜ੍ਹੇ ਕਰਨ ਦੀ ਲੋੜ ਹੈ ਕਿ ਤੁਸੀਂ ਕਹਿੰਦੇ ਹੋ ਵੀ ਇਹ ਪੰਜਾਬ ਵਾਲੇ ਰੌਲਾ ਪਾਉਂਦੇ ਨੇ ਜੀ, ਇਹਨਾਂ ਨੂੰ ਤਾਂ ਆਦਤ ਹੈ ਜੀ, ਸਾਨੂੰ ਰੌਲਾ ਪਾਉਣਾ ਪਏਗਾ, ਜੇ ਸਾਡੇ ਚੁੰਡੀ ਵੱਢੋਗੇ ਸਾਨੂੰ ਬੋਲਣਾ ਪਏਗਾ। ਸੋ ਅਸੀਂ ਪ੍ਰਬੋਧ ਤਾਂ ਰਹੇ ਹਾਂ ਕਿ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਕਿਸੇ ਦਾ ਦੇ ਦਿਓ, ਕਹਿੰਦਾ ਸਹਿ ਮਾਸ ਖਾਣਾ, ਕਹਿੰਦਾ ਮੇਰੇ ਕੋਈ ਛੱਡ ਦੇ। ਸੋ ਅਸੀਂ ਕਹਿੰਦੇ ਹਾਂ ਤੁਸੀਂ ਅਸੂਲਾਂ ਦੇ ਆਧਾਰ 'ਤੇ ਫੈਸਲਾ ਕਰ ਲਓ, ਸਭ ਤੋਂ ਭੋਰਾ ਵੱਧ ਲੈ ਲਓ, ਅਸੀਂ ਤਾਂ ਬਾਬੇ ਨਾਨਕ ਦੇ ਹਾਂ, ਅਸੀਂ ਤਾਂ ਦੇਣ ਜਾਂਦੇ ਹਾਂ ਥੋੜ੍ਹਾ ਜਿਹਾ, ਇਹਦਾ ਲੈਂਦੇ ਨਹੀਂ ਅਸੀਂ, ਪਰ ਅਸੂਲਾਂ ਦੇ ਉੱਤੇ ਸਾਡੀ ਪੱਕੀ ਗੱਲ ਆ, ਅਸੂਲਾਂ 'ਤੇ ਅਸੀਂ ਅੜਾਂਗੇ। ਔਰ ਅਸੂਲ 'ਤੇ 80 ਤੱਕ ਸਰਕਾਰ ਅੜਦੀ ਰਹੀ ਹੈ, ਕੇਂਦਰ ਨੇ ਨਹੀਂ ਸੁਣੀ, ਵੱਖਰੀ ਗੱਲ ਹੈ। ਸੋ ਮੈਂ ਲਾਸਟ ਗੱਲ ਇੱਕੋ ਹੀ ਕਹਾਂਗਾ, ਕਿਉਂਕਿ ਮੈਨੂੰ ਪਤਾ ਮੈਂ ਤਾਂ ਟਾਈਮ ਜ਼ਿਆਦਾ ਲੈਣਾ ਨਹੀਂ, ਮੈਨੂੰ ਕਲਾਸਾਂ 'ਚ ਵੀ ਇਹੀ ਅੱਧ ਘੰਟੇ ਦੀ ਕਲਾਸ, ਮੈਂ 1.5 ਘੰਟਾ ਥੋੜ੍ਹਾ ਕਰਨਾ ਹੁੰਦਾ। ਸੋ ਸਾਡੀ ਲੋੜ ਕੀ ਹੈ?
ਸਾਡੀ ਲੋੜ ਇਹ ਆ ਵੀ ਅਜੇ ਵੀ ਜਿਹੜੇ ਰਾਜ ਕਰਦੇ ਨੇ ਉਹ ਤਾਕਤ ਦੇ ਵਿੱਚ ਉਹ ਕਈ ਵਾਰੀ ਅੱਜ ਸੱਦਾ ਜਿਹੜਾ ਦਿੱਤਾ 1 ਨਵੰਬਰ ਦਾ ਮੈਨੂੰ ਕੋਈ ਪੁੱਛ ਰਿਹਾ ਸੀ ਬਾਹਰ ਮੇਰੇ ਕੋਲ ਸੱਦਾ ਨਹੀਂ ਹੈ ਉਹ ਤਾਂ ਮਿਹਨਾ ਹੈ ਅਤੇ ਲੜਦਿਆਂ ਦੇ ਮਿਹਨੇ ਅਤੇ ਗਾਉਂਦਿਆਂ ਦੀਆਂ ਸਿੱਠਣੀਆਂ ਮੈਂ ਕਿਹਾ ਉਹ ਸੱਦਾ ਸਿੱਠਣੀਆਂ ਵਾਂਗੂ ਵੀ ਦਿੱਤਾ ਜਾ ਸਕਦਾ ਸੀ ਆ ਜਾਓ 1 ਨਵੰਬਰ ਨੂੰ ਕਰਕੇ ਆ ਜਾਓ ਤਿਆਰੀ ਸਮਾਂ ਬਥੇਰਾ ਮਿਲ ਜੂ ਮੈਂ ਤਾਂ ਬਿਨਾਂ ਦੇਖੀ ਆ ਜਾਣਾ ਮੈਂ ਸੱਚੀ ਮੁੱਚੀ ਰਾਤ 12 ਵਜੇ ਤੱਕ ਪੜ੍ਹਿਆ ਹੁਣ ਸਵੇਰੇ ਉੱਠ ਕੇ 4 ਵਜੇ ਉਦੋਂ ਦਾ ਪੜ੍ਹਿਆ ਆਹ ਨੋਟਸ ਬਣਾਏ ਹੋਏ ਨੇ ਹਾਲਾਂਕਿ ਮੈਂ ਦੇਖ ਕੇ ਨਹੀਂ ਬੋਲ ਰਿਹਾ ਔਰ ਇਹ ਕਿਤਾਬ ਪਤਾ ਨਹੀਂ ਮੈਂ ਕਿੰਨੇ ਵਾਰੀ ਪੜ੍ਹਦੀ ਇਹਦੀ ਟਰਾਂਸਲੇਸ਼ਨ ਕਰੀ ਪੰਜਾਬੀ 'ਚ ਮੈਨੂੰ ਤਾਂ ਨਹੀਂ ਯਾਦ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਹਿੰਦੇ ਵੀ ਮੈਨੂੰ ਤਾਂ ਸਭ ਕੁਝ ਜਵਾਨੀ ਯਾਦ ਹੈ ਇੱਥੋਂ ਪਤਾ ਲੱਗਦਾ ਹੈ ਵੀ ਅਸੀਂ ਜਾ ਕਿੱਧਰ ਨੂੰ ਰਿਹਾ ਸੋ ਸਾਨੂੰ ਜਿਹੜੀ ਗੱਲ ਕਰਨ ਦੀ ਲੋੜ ਹੈ ਸਾਰੇ ਸਿਆਸਤ ਕਿਉਂਕਿ ਸਿਆਸਤ ਨੇ ਚੜਾਉਣਾ ਕੰਮ ਤਾਂ ਸਿਆਸਤਦਾਨਾਂ 'ਚ ਹਿੰਮਤ ਵੀ ਹੁੰਦੀ ਸੀ ਸੁਣਨ ਦੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੂੰ ਛੱਡ ਗਏ ਸੀ ਉਹ ਸੇਖਵਾਂ ਸਾਹਿਬ ਮੰਤਰੀ ਸੀਗੇ ਮੈਂ ਉਹਨਾਂ ਨੂੰ ਮੀਟਿੰਗ ਸੀ ਮੈਂ ਇੱਕ ਔਫੀਸ਼ਲ ਮੀਟਿੰਗਾਂ 'ਚ ਕਹਿੰਦਾ ਸੀ ਇਹ ਗੱਲਾਂ ਅੱਜ ਦੇ ਅਫਸਰ ਕਹਿੰਦੇ ਹੀ ਨਹੀਂ ਮੈਂ ਕਿਹਾ ਮੰਤਰੀ ਜੀ ਤੁਸੀਂ ਪਹਿਲਾਂ ਫੈਸਲਾ ਕਰ ਲਓ ਵੀ ਲੋਕਾਂ ਨੂੰ ਕੁੱਟ ਕੇ ਰਾਜ ਕਰਨਾ ਕਿ ਸਿਹਤ ਅਤੇ ਸਿੱਖਿਆ ਦੇ ਕੇ ਬਾਦਲ ਸਾਹਿਬ ਚੇਅਰ ਕਰ ਰਹੇ ਸੀ ਮੀਟਿੰਗ ਉਹ ਕਹਿੰਦੇ ਆਪਾਂ ਡਿਗਰੀ ਉਹ ਬਿਲੋਟ ਨੇ ਕਿਹਾ ਡਿਗਰੀ ਆਪਾਂ ਡਿਗਰੀ ਵਾਸਤੇ ਕੁਆਲੀਫਿਕੇਸ਼ਨ ਰਿਲੈਕਸ ਕਰ ਦਿਓ ਬਾਦਲ ਸਾਹਿਬ ਮੈਨੂੰ ਕਹਿੰਦੇ ਦੱਸੋ ਕਾਕਾ ਜੀ ਮੈਂ ਕਿਹਾ ਜੀ ਰਿਲੈਕਸ ਕਿਉਂ ਕਰ ਲਈ ਆਪਾਂ ਉਈ ਡਿਗਰੀ ਦੇ ਦਿੰਦੇ ਹਾਂ ਆਫੀਸ਼ਲ ਮੀਟਿੰਗ ਮਾਨਯੋਗ ਮੁੱਖ ਮੰਤਰੀ ਨੇ ਗੱਲ ਕਹਿਣੀ ਇੰਨਾ ਸੌਖਾ ਕੰਮ ਨਹੀਂ ਹੈ ਤੁਸੀਂ ਮਿਨਿਸਟਰ ਬੈਠੇ ਹੋ ਔਰ ਮੇਰੇ ਵਰਗਾ ਛੋਟਾ ਜਿਹਾ ਅਫਸਰ ਕਹਿੰਦੇ ਉਹ ਕਹਿੰਦੇ ਹਾਂ ਕਾਕਾ ਜੀ ਗੱਲ ਤਾਂ ਤੁਹਾਡੀ ਠੀਕ ਹੈ ਉਹਨਾਂ ਟਰੱਸਟ ਯੂ ਨਹੀਂ ਫੜਨੀ ਹੁੰਦੀ ਕਿਉਂਕਿ ਬਾਦਲ ਸਾਹਿਬ ਨੇ ਆਪ FSC ਕਰੀ ਹੋਈ ਸੀ ਉਹ ਸਿੰਪਲ ਵੀ ਇਹ ਨਹੀਂ ਸੀਗੇ ਪਹਿਲਾਂ FSC ਕਰੀ ਸੀ ਉਹਨਾਂ ਨੇ ਉਹਨੂੰ ਪਤਾ ਸੀ ਵੀ ਟਰੱਸਟ ਯੂ ਕਿਵੇਂ ਫੜੀ ਗਿਆ ਅੱਜ ਵੀ ਬਾਦਲ ਪਿੰਡ 'ਚੋਂ ਇੰਸਟੀਚਿਊਟ ਚੱਲ ਗਿਆ ਮੈਂ ਤਾਂ ਕਹਿੰਦਾ ਆਪਾਂ ਲੜੀਏ ਆਪਾਂ ਇੱਕ ਪਾਸੇ ਇਕੱਠੇ ਹੋਈਏ ਸਰਕਾਰ ਜਿਹੀ ਜੀ ਵੀ ਹੈ ਤਾਂ ਉਹੀ ਹੈ ਨਾ ਆਪੋਜੀਸ਼ਨ ਨੂੰ ਵੀ ਆਪਾਂ ਇਹ ਕਹੀਏ ਵੀ ਯਾਰ ਤੁਸੀਂ ਸਾਡੇ ਨਾਲ ਪੰਗਾ ਲਈ ਜਾਇਓ ਜਿਹੜਾ ਲੈਣਾ ਸਾਨੂੰ ਜੋ ਬੁਰਾ ਬੁਰਾ ਕਹਿਣਾ ਕਹੀ ਜਾਓ ਆਓ ਆਪਾਂ ਪੰਜਾਬ ਦੇ ਹਿੱਤਾਂ ਦੇ ਉੱਤੇ ਚਾਹੇ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਕਰ ਲਓ ਪਾਣੀਆਂ ਦੇ ਉੱਤੇ ਜੇ ਕਰਨਾ ਚਾਹੇ ਤੁਸੀਂ ਇਕੱਠੇ ਹੋ ਕੇ ਪਾਰਟੀਆਂ ਦੀ ਮੀਟਿੰਗ ਕਰ ਲਓ ਉੱਥੇ ਸੈਸ਼ਨ 'ਚ ਕਰ ਲਓ ਤਾਂ ਕੀ ਹੈ ਵਿਧਾਨ ਸਭਾ ਤਾਂ ਇਸੇ ਕੰਮ ਵਾਸਤੇ ਹੈ ਤੁਸੀਂ ਤਾਂ ਮਹਾਨ ਅਨੁਭਵ ਬੈਠੇ ਹੋ ਰੋਜ਼ ਵਰਤਦੇ ਹੋ ਉਸ ਸਭਾ ਨੂੰ ਤੁਹਾਨੂੰ ਪਤਾ ਹੀ ਹੈ ਵੀ ਉਹਦੇ ਵਾਸਤੇ ਹੈ ਸੋ ਆਪਾਂ ਬੈਠ ਕੇ ਉੱਥੇ ਕੋਈ ਰਾਏ ਬਣਾ ਲਈਏ ਤਾਂ ਕਿ ਪੰਜਾਬ ਦੇ ਹਿੱਤ ਗਹਿਣੇ ਨਾ ਚਲੇ ਜਾਣ ਕਿਉਂਕਿ ਅਗਲੀਆਂ ਪੀੜ੍ਹੀਆਂ ਵਾਸਤੇ ਹੈ ਨਾ SPD ਵਾਸਤੇ ਦੀ ਅਸੀਂ ਵਿਰਾਸਤ 'ਚ ਮਿਲੇ ਹਾਂ ਇੱਕ ਮੇਰੀ ਬੇਨਤੀ ਹੋਰ ਹੈ ਬਸ ਉਹ ਨਹੀਂ ਮੈਂ ਕਹਿਣਾ ਉਹ ਇਹ ਕਿ ਜਦ ਅਸੀਂ ਇਕੱਲੇ ਪਾਣੀਆਂ ਦੀ ਗੱਲ ਨਹੀਂ ਹੈ ਨਹਿਰ ਦੀ ਜਿਹੜੀ ਹੈ ਸਰਕਾਰ ਕੋਰਟ ਵਾਲੀ ਹੋਈ ਹੈ ਪਰ ਕਿਉਂਕਿ ਕੋਰਟ ਦਾ ਪੇਜ ਚੜਿਆ ਹੋਇਆ ਇਹਦਾ ਵੀ ਹੱਲ ਲੱਭਣਾ ਜ਼ਰੂਰੀ ਹੈ ਇਹਦਾ ਹੱਲ ਜੋ ਮੈਨੂੰ ਲੱਗਦਾ ਅੱਜ ਪਾਣੀ ਦਾ ਮੁੱਦਾ ਜਿਵੇਂ ਹਮੀਰ ਸਿੰਘ ਜੀ ਨੇ ਕਿਹਾ ਵੀ ਹੈ ਅੱਜ ਪਾਣੀ ਦਾ ਮੁੱਦਾ ਕਿਤੇ ਨਾ ਕਿਤੇ ਕੇਂਦਰ ਉਠਾ ਰਿਹਾ ਕਿਉਂਕਿ ਰਾਜਸਥਾਨ 'ਚ ਵੀ ਚੋਣ ਹੈ ਹਰਿਆਣੇ 'ਚ ਵੀ ਚੋਣ ਹੈ ਕੇਂਦਰ ਦੀ ਵੀ ਚੋਣ ਹੈ ਸੋ ਅੱਜ ਪਾਣੀ ਦਾ ਮੁੱਦਾ ਉਠਾਉਣ ਦੀ ਬਜਾਏ ਜਨਵਰੀ 'ਚ ਇੱਥੋਂ ਇੱਕ ਪਾਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਵੀ ਬੇਨਤੀ ਕਰੀ ਜਾ ਸਕਦੀ ਕਿ ਜੀ 6 ਮਹੀਨੇ ਅਜੇ ਤੁਸੀਂ ਇਹਨੂੰ ਠੰਡੇ ਵਸਤੇ 'ਚ ਪਾਓ ਅਸੀਂ ਅਜੇ ਸੋਚਦੇ ਹਾਂ ਇਹਦੇ ਬਾਰੇ ਕੀ ਕਰਨਾ ਨਹੀਂ ਤਾਂ ਕੋਈ ਇਕੱਠੇ ਹੋ ਕੇ ਜਿਵੇਂ ਰਿੱਟਾਂ ਪਈਆਂ ਹੋਈਆਂ ਨੇ ਇਹ ਕਦੇ ਇਹੀ ਜਿਹੀ ਰਿੱਟ ਪੈ ਦੇ ਕਿ ਜੀ ਆਹ ਵੀ ਗਲਤ ਆਹ ਵੀ ਗਲਤ ਆਹ ਵੀ ਗਲਤ ਯਾਨੀ ਕਿ ਆਡੀਟ ਵਾਲੇ ਬਰਸਾਸੀ ਜੀਵੇ ਉਹ ਹੈ ਲਾਸਟ ਗੱਲ ਮੈਂ ਇਹ ਕਹਾਂਗਾ ਇੱਥੇ ਕਿਹਾ ਗਿਆ ਵੀ ਸੰਤ ਲੌਂਗੋਵਾਲ ਦਾ ਉਹ ਕਾਰਡ ਜਿੰਨੀ ਮਰਜ਼ੀ ਮਾੜੀ ਹੋਵੇ ਉਸ ਕਾਰਡ 'ਚ ਇੱਕ ਗੱਲ ਸੀਗੀ ਕਿ ਕੇਂਦਰ ਸਰਕਾਰ ਨੂੰ ਇਹ ਮੰਨਣਾ ਪਿਆ ਕਿ ਅਸੀਂ ਇੱਕ ਪੋਲੀਟੀਕਲ ਪਾਰਟੀ ਨਾਲ ਸਮਝੌਤਾ ਕਰ ਰਹੇ ਹਾਂ ਇਹ ਕੋਈ ਛੋਟੀ ਗੱਲ ਨਹੀਂ ਸੀ ਬਹੁਤ ਬਹੁਤ ਧੰਨਵਾਦ।